जगंदर सिंह बोलदा मैं गया ਆਨੇ ਤੋਂ ਬੋਲਦਾ ਮੁੱਲਾ ਬਾਤੋਂ ਆਨੇ ਤੋਂ ਬੋਲਦਾ ਮੁੱਲਾ ਬਾਤੋਂ ਆਨੇ ਤੋਂ ਬੋਲਦਾ ਮੁੱਲਾ ਬਾਤੋਂ ਤੇ ਜੁਗਿੰਦਰ ਸਿੰਘ ਜੀ ਕੌਣ ਆ ਤੁਸੀਂ ਮੁੱਲਾਪੁਰ ਥਾਣੇ 'ਚ ਨੌਕਰੀ ਕਰਦੇ ਹੋ ਨਹੀਂ ਨਹੀਂ ਮੈਂ ਤਾਂ ਸਰ ਮੁੰਡੇ ਨੇ ਨੰਬਰ ਦੇ ਫੜਿਆ ਮਤਲਬ ਲੀਤਾ ਫੋਨ ਮੇਰਾ ਲਾਟਾਉਣ ਤੇ ਜਿਹੜੀ ਅੱਛਾ ਜੀ ਤੁਹਾਡੇ ਤੋਂ ਮੁੰਡੇ ਨੇ ਮੋਬਾਈਲ ਫੜ ਕੇ ਤੁਹਾਡੇ ਫੋਨ ਤੋਂ ਫੋਨ ਲਾਤਾ खबर शुरू करने तो पहला तो एक बार तुसी ये आडियो सुन लो जिस दे विच एक व्यक्ति वालों थाना मुल्लापुर दाखा दा नाम लेके फोन किया जाता है पर इस रिकॉर्डिंग दे विच असल सच की है तुहानू ओ असीं बाद विच दसदे आ तां पहला एक बार तुसी ये सारी आडियो सुन लो। हेलो 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 मेरा काका कैसे हैं? कौन जी? आने तो बोलदा मुल्ला बात तो मैं तो जी बाहर चंडीगढ़ आया जी। गई जगंदर सिंह बोलदा मैं गया। अच्छा हेलो। हाँ जी मैं तो बाहर सी गई चंडीगढ़। कितने टाइम तक आएगा घरे? मैं जी हजे लग जाने मैं जी दो तीन दिन इतने जी। ठीक है आडियो विच सुनिया कि एक पुलिस मुलाजम बन के फोन किया जाता है अते जिस दे विच कहा जाता है कि मैं जोगिंदर सिंह मुल्लापुर दाखा थाना तो गल कर रहा पर जनाब इत्थे तुहाड़ियां अखां तो पट्टी उतार दिंदे हां कि यह कोई मुलाजम नहीं बल्कि दो तरह की आपस में लड़ाई हो जाती है अते लड़ाई हो जाने तो बाद दोनों तरह से पुलिस वालों क्रॉसिंग परचा दर्ज कर दिता जाता है ਅਤੇ ਵੱਖ ਵੱਖ ਤਰ੍ਹਾਂਵਾਂ ਲਾ ਕੇ ਲੜਾਈ ਝਗੜੇ ਦੀਆਂ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਦੂਸਰੀ ਧਿਰ ਵੱਲੋਂ ਇੱਕ ਪੁਲਿਸ ਮੁਲਾਜ਼ਮ ਬਣ ਕੇ ਦੂਸਰੀ ਧਿਰ ਨੂੰ ਹੀ ਫੋਨ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਜਾਣਕਾਰੀ ਵਿੱਚ ਵਾਧਾ ਕਰ ਦਿੰਦੇ ਹਾਂ ਕਿ ਇਹ ਜਗਰਾਉਂ ਤੋਂ ਸਿੱਧਵਾਂ ਬੇਟ ਰੋਡ ਦੇ ਪਿੰਡ ਘਮਰੇਵਾਲ ਦੀ ਹੈ ਜਿੱਥੇ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋ ਜਾਣ ਤੋਂ ਬਾਅਦ ਮੁਕੱਦਮਾ ਦਰਜ ਹੋ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇੱਕ ਧਿਰ ਵੱਲੋਂ ਜਾਲੀ ਪੁਲਿਸ ਮੁਲਾਜ਼ਮ ਬਣ ਕੇ ਜਾਣੀ ਕਿ ASI ਬਣ ਕੇ ਦੂਸਰੀ ਧਿਰ ਨੂੰ ਬੁਲਾਉਣ ਦੀ ਖਾਤਰ ਫੋਨ ਕੀਤਾ ਜਾਂਦਾ ਹੈ ਜਿਸ ਦੀ ਆਡੀਓ ਅਸੀਂ ਤੁਹਾਨੂੰ ਸੁਣਾ ਚੁੱਕੇ ਹਾਂ ਪਰ ਹੁਣ ਐਕਸ਼ਨ ਤਾਂ ਵੱਡਾ ਇਹ ਹੋਵੇਗਾ ਕਿ ਪੁਲਿਸ ਇਹਨਾਂ 'ਤੇ ਇਸ ਤੋਂ ਬਾਅਦ ਕੀ ਕਾਰਵਾਈ ਕਰਦੀ ਹੈ। ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ ਕਿ ਇਸ ਰਿਕਾਰਡਿੰਗ ਦੇ ਸੰਬੰਧੀ ਥਾਣਾ ਦਾਖਾ ਦੇ ਵਿੱਚ ਦਰਖਾਸਤ ਵੀ ਪਹੁੰਚ ਚੁੱਕੀ ਹੈ। ਇਹ ਸਾਰੇ ਮਸਲੇ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਨੇ ਜਾਲੀ ਬਣੇ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਦੇਖ ਲਓ ਕਿ ਅੱਗੇ ਕਿਵੇਂ ਸਫਾਈਆਂ ਦੇ ਰਹੇ ਨੇ। ਹੈਲੋ 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 ਬਾਈ ਜੀ ਜੋਗਿੰਦਰ ਸਿੰਘ ਦੀ ਗੱਲ ਕਰ ਰਹੇ ਹੋ? ਹਾਂਜੀ ਜੋਗਿੰਦਰ ਸਿੰਘ ਦੀ ਗੱਲ ਕਰ ਰਹੇ ਹੋ ਜੀ? ਨਹੀਂ ਨਹੀਂ ਬਲਵਿੰਦਰ ਸਿੰਘ ਦਾ ਮੁੰਡਾ ਹੈ ਜੀ। ਬਲਵਿੰਦਰ ਸਿੰਘ ਦਾ ਮੁੰਡਾ ਤੇ ਜੋਗਿੰਦਰ ਸਿੰਘ ਜੀ ਕੌਣ ਆ? ਤੁਸੀਂ ਮੁੱਲਾਪੁਰ ਥਾਣੇ 'ਚ ਨੌਕਰੀ ਕਰਦੇ ਹੋ? ਤੁਹਾਡੇ ਨੰਬਰ 'ਤੇ ਇੱਕ ਫੋਨ ਜਾਂਦਾ ਜੀ, ਮੈਂ ਪੱਤਰਕਾਰ ਰਣਜੀਤ ਸਿੰਘ ਰਾਣਾ ਗੱਲ ਕਰ ਰਿਹਾ। ਤੁਹਾਡੇ ਨੰਬਰ 'ਤੇ ਇੱਕ ਫੋਨ ਜਾਂਦਾ ਇੱਕ ਲੜਕੇ ਨੂੰ ਅਤੇ ਉਸ ਨੂੰ ਕਹਿ ਰਿਹਾ ਵੀ ਤੁਸੀਂ ਥਾਣੇ 'ਚੋਂ ਗੱਲ ਕਰ ਰਹੇ ਹੋ, ਤੁਹਾਨੂੰ ਮਿਲਣਾ ਵਾ। ਉਹ ਨਹੀਂ ਸਰ, ਮੈਂ ਤਾਂ ਨਹੀਂ ਕੁਛ ਕਿਹਾ, ਨੰਬਰ ਤਾਂ ਹੁਣ ਤਾਂ ਲਿੱਤਾ ਮੈਂ ਨਵਾਂ ਨੰਬਰ ਹੈ ਜੀ। ਸਾਡੇ ਕੋਲ ਸਕਰੀਨਸ਼ਾਟ ਲਿਆ ਹੋਇਆ ਜਿੱਥੇ ਤੁਹਾਡਾ, ਤੁਸੀਂ ਉਸ ਨੂੰ ਕਾਲ ਕੀਤੀ, ਇਸ ਨੰਬਰ 'ਤੇ ਕਾਲ ਦੇ ਰਹੀ ਹੋ? ਨਹੀਂ ਮੈਂ ਤਾਂ ਸਰ ਦੋ ਦਿਨ ਹੋਏ ਨਵੇਂ ਲੈਣ ਦੇਣ ਸਨ ਹਾਲੇ। ਨਹੀਂ ਬਾਈ ਜੀ, ਸਾਡੇ ਕੋਲ ਸਕਰੀਨਸ਼ਾਟ ਆ। ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਕਿੱਥੋਂ ਗੱਲ ਕਰ ਰਹੇ ਹੋ? ਹੰਬੜਾ ਤੋਂ। ਹੰਬੜਾ ਤੋਂ ਗੱਲ ਕਰ ਰਹੇ ਹੋ? ਹਾਂਜੀ। ਨਹੀਂ ਤੁਸੀਂ ਕਹਿੰਦੇ ਦੋ ਦਿਨ ਹੋ ਗਏ ਨੰਬਰ ਲੈ ਨੂੰ, ਤੁਹਾਡੀ ਆਵਾਜ਼ ਵੀ ਆ, ਤੁਹਾਡਾ ਤੁਹਾਡੇ ਇਸ ਨੰਬਰ 'ਤੇ ਕਾਲ ਗਈ ਹੋਈ ਆ, ਸਾਡੇ ਕੋਲ ਰਿਕਾਰਡਿੰਗ ਪਈ ਆ ਬਿਲਕੁਲ ਉਸੇ ਨੰਬਰ ਦੀ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਜੋਗਿੰਦਰ ਸਿੰਘ ਬੋਲ ਰਿਹਾ ਮੁੱਲਾਪੁਰ ਥਾਣੇ 'ਚੋਂ। ਮੈਂ ਤੁਹਾਨੂੰ ਮੁੰਡੇ ਨਾਲ ਗੱਲ ਕਰਵਾ ਦਿੰਦਾ ਜੀ ਤੁਸੀਂ। ਨਹੀਂ ਮੈਨੂੰ, ਮੈਂ ਤਾਂ ਤੁਹਾਡੇ ਨੰਬਰ ਤੋਂ ਕਾਲ ਗਈ, ਮੈਂ ਕਿਸੇ ਮੁੰਡੇ ਨਾਲ ਕਿਉਂ ਗੱਲ ਕਰੂੰਗਾ ਭਾਅ ਜੀ? ਹਾਂਜੀ ਹਾਂਜੀ ਮੇਰੇ ਨੰਬਰ ਤੋਂ ਗਈ ਹੈ, ਕਿਹੜੇ ਜਾਣਦੇ? ਹਾਂ ਫਿਰ ਤੁਹਾਡੇ ਨੰਬਰ 'ਤੇ ਕਾਲ ਗਈ ਨੇ, ਕਿਹਨੇ ਲਾਈ ਕਾਲ? ਤੁਸੀਂ ਲਾਈ ਜਾਂ ਕਿਸੇ ਹੋਰ ਨੇ ਲਾਈ? ਅੱਛਾ ਜੀ, ਤੁਹਾਡੇ ਤੋਂ ਮੁੰਡੇ ਨੇ ਮੋਬਾਈਲ ਫੜ ਕੇ ਤੁਹਾਡੇ ਫੋਨ ਤੋਂ ਫੋਨ ਲਾਤਾ ਤੇ ਤੁਹਾਨੂੰ ਪਤਾ ਵੀ ਤੁਹਾਡਾ ਨੰਬਰ ਸੀ ਜੀ? ਕੱਲ੍ਹ ਨੂੰ ਅਗਲੇ ਨੇ ਦਰਖਾਸਤ ਦਿੱਤੀ ਇਸ ਸੰਬੰਧ 'ਚ ਵੀ ਸਾਨੂੰ ਪੁਲਿਸ ਦਾ ਨਾਮ ਲੈ ਕੇ ਸਾਨੂੰ ਧਮਕਾਇਆ ਜਾ ਰਿਹਾ। ਅੱਛਾ ਜੀ, ਉਹਨਾਂ ਨੇ 4 ਤਰੀਕ ਨੂੰ ਤੁਹਾਡਾ ਫੋਨ ਗਿਆ ਜੀ ਉਸ ਨੂੰ?
ਮੈਨੂੰ ਕਹਿੰਦਾ ਮੁੰਡੇ ਨੇ ਦੱਸਿਆ ਕਹਿੰਦਾ ਆਹ ਮੁੰਡੇ ਨਾਲ ਗੱਲ ਗੱਲ ਕਰਨੀ ਜਿਸ ਹਿਸਾਬ ਨਾਲ ਮੈਨੂੰ ਕਿਹਾ ਵਾ ਦੋ ਮੁੰਡੇ ਦਾ ਬਾਅਦ ਚੋਂ ਫੋਨ ਆਇਆ ਕਿਸੇ ਹੋਰ ਨੰਬਰ ਤੋਂ ਕਹਿੰਦਾ ਕਿੱਥੋਂ ਬੋਲਦੇ ਮੈਂ ਸਹੀ ਦੱਸਿਆ ਮੈਂ ਕਿਹਾ ਇੱਥੋਂ ਬੋਲ ਮੈਂ ਕਿਹਾ ਤੈਨੂੰ ਅਰਸ਼ੀ ਨੂੰ ਜਾਣਦਾ ਜਿਹੜੇ ਮੁੰਡੇ ਨਾਲ ਗੱਲ ਕਰਦੇ ਮੈਂ ਕਿਹਾ ਬਾਈ ਹੁਣ ਨਾ ਫੋਨ ਲਾਇਆ ਵੀ ਅਰਸ਼ ਨੇ ਫੋਨ ਲਾਇਆ ਕਹਿੰਦਾ ਠੀਕ ਆ ਅੱਛਾ ਕੋਈ ਤੁਸੀਂ ਤੇਰਾ ਮਿੱਤਰ ਸੀ ਉਹਨੇ ਫੋਨ ਲਾਇਆ ਸੀ ਆਪਣਾ ਦੇ ਕੇ ਪੁਲਿਸ ਦੇ ਨਾਮ ਤੇ ਧਮਕੀਆਂ ਦਵਾਨੇ ਕਿਸੇ ਨੂੰ ਮੇਰੀ ਗੱਲ ਸੁਣੋ ਸਰ ਮੈਂ ਕਾਲ ਸੈਂਸ ਲਾ ਲੈਣਾ ਮੁੰਡੇ ਨਾਲ ਪੜਾ ਹੀ ਆ ਥੋੜੀ ਚਾਹੀਦੀ ਰੁਕ ਜਾ ਸਰ ਦੋ ਮਿੰਟ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ ਲਾਉਣਾ ਸਰ ਦੋ ਮਿੰਟ ਰੁਕੇ ਕੋਈ ਗੱਲ ਹੈਲੋ ਹਾਂਜੀ ਹਾਂਜੀ